ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਸਵੀਪ ਦੇ ਤਹਿਤ ਅੱਜ ਅਸੀਂ ਡੀਏਵੀ ਕਾਲਜ ਬਠਿੰਡਾ ਵਿਖੇ ਆਏ ਹਾਂ। ਸੋ ਇਸ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਚੋਣ ਦਫ਼ਤਰ ਬਠਿੰਡਾ ਵੱਲੋਂ ਕੀਤਾ ਗਿਆ ਸੀ। ਸੋ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਮੈਨੇਜਮੈਂਟ ਵੱਲੋਂ ਅੱਜ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਦਾ ਕਾਲਜ ਦੇ ਵਿਦਿਆਰਥੀਆਂ ਦੇ ਲਈ ਅਰੇਂਜ ਕੀਤਾ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਬੱਚਿਆਂ ਨੂੰ ਐਥੀਕਲ ਵੋਟਿੰਗ ਦੇ ਬਾਰੇ ਪ੍ਰੇਰਿਤ ਕੀਤਾ ਅਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੱਸਣਾ ਚਾਹਿਆ ਕਿ ਜਦੋਂ ਉਹ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ EVM ਨੂੰ ਉਹਨਾਂ ਨੇ ਕਿਸ ਤਰ੍ਹਾਂ ਵਰਤਣਾ ਅਤੇ ਆਪਣੀ ਪਾਈ ਹੋਈ ਵੋਟ ਨੂੰ ਫਿਜ਼ੀਕਲੀ ਵੈਰੀਫਾਈ ਕਿਵੇਂ ਕਰਨਾ ਹੈਗਾ। ਸੋ ਬੱਚਿਆਂ ਨੇ ਇਸ ਇਵੈਂਟ ਤੋਂ ਬਾਅਦ ਕੀ ਸਿੱਖਿਆ, ਗੱਲਬਾਤ ਕਰਦੇ ਹਾਂ ਇਹਨਾਂ ਬੱਚਿਆਂ ਦੇ ਨਾਲ। ਸੋ ਭਾਰਤ ਚੋਣ ਕਮਿਸ਼ਨ ਕੀ ਕੰਮ ਕਰਦਾ ਹੈ? ਸਰ, ਭਾਰਤ ਚੋਣ ਕਮਿਸ਼ਨ ਭਾਰਤ ਦੇ ਵਿੱਚ ਜੋ ਵੀ ਚੋਣਾਂ ਹੁੰਦੀਆਂ ਉਹਨਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਦਾ ਹੈ, ਜਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਵੋਟਾਂ ਦੇ ਲਈ ਉਹ ਆਪਣੀ ਰਿਸਪੋਂਸੀਬਿਲਟੀ ਕਿਵੇਂ ਨਿਭਾ ਸਕਦੇ ਆ। ਭਾਰਤ ਚੋਣ ਕਮਿਸ਼ਨ ਦਾ ਅਜਿਹਾ ਕਿਹੜਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਅਸੀਂ ਵੋਟਰਸ ਨੂੰ ਜਾਗਰੂਕ ਕਰਦੇ ਹਾਂ? ਹਾਂਜੀ ਸਰ, ਇਸ ਦਾ ਇੱਕ ਸਵੀਪ ਡਿਵੀਜ਼ਨ ਹੈ ਜਿਸ ਦੇ ਰਾਹੀਂ ਆਪਾਂ ਇਹਨਾਂ ਨੂੰ ਵੋਟਰਸ ਨੂੰ ਜਾਂ ਆਪਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ, ਉਹਨਾਂ ਨੂੰ ਅਵੇਅਰਨੈਸ ਉਹਨਾਂ ਦੇ ਵਿੱਚ ਲਿਆਤੀ ਜਾਂਦੀ ਹੈ। ਅੰਜਲੀ ਜੀ, ਤੁਸੀਂ ਅੱਜ ਹੈਂਡ ਔਨ ਪ੍ਰੈਕਟਿਸ ਪ੍ਰੋਗਰਾਮ ਦੇ ਤਹਿਤ EVM ਦੇ ਰਾਹੀਂ ਵੋਟ ਪਾਈ ਹੈ। EVM ਦੇ ਰਾਹੀਂ ਤੁਸੀਂ ਵੋਟ ਪਾਈ ਹੈ ਅਤੇ ਇਸ ਦੇ ਨਾਲ ਇੱਕ ਹੋਰ ਵੱਡੀ ਮਸ਼ੀਨ ਪਈ ਹੈ, ਉਸ ਦੇ ਬਾਰੇ ਤੁਸੀਂ ਜਾਣਦੇ ਹੋ? ਸਰ ਹਾਂਜੀ, ਉਸਦਾ ਨਾਮ VVPAT ਹੁੰਦਾ ਹੈ। VVPAT ਹੈ, ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰਾਇਲ। ਇਸ ਮਸ਼ੀਨ ਦੇ ਵਿੱਚ ਕੀ ਹੁੰਦਾ ਹੈ? ਇਸ ਮਸ਼ੀਨ ਦਾ ਮਤਲਬ ਹੈ ਜਿਸ ਉਮੀਦਵਾਰ ਨੂੰ ਆਪਾਂ ਵੋਟ ਪਾਉਂਦੇ ਹਾਂ, ਠੀਕ ਹੈ, ਉਸ ਦਾ ਮਤਲਬ ਸਿੰਬਲ ਆਪਾਂ ਨੂੰ ਸ਼ੋਅ ਹੋ ਜਾਂਦਾ ਹੈ ਅਤੇ ਉਸ ਵਿੱਚ ਆਪਣੀ ਲੜੀ ਨੰਬਰ, ਮਤਲਬ ਆਪਾਂ ਵੋਟਰ ਦਾ ਲੜੀ ਨੰਬਰ ਸ਼ੋਅ ਹੋ ਜਾਂਦਾ। ਨੋਟਾ ਦਾ ਫੁੱਲ ਫਾਰਮ ਕੀ ਹੈਗੀ, ਇਹਦੇ ਬਾਰੇ ਜਾਣਦੇ ਹੋ? ਨਨ ਆਫ ਦ ਅਬਵ ਹੈਗਾ। ਨਨ ਆਫ ਦ ਅਬਵ, ਬਿਲਕੁਲ ਠੀਕ ਹੈ। ਇਹ ਸੁਪਰੀਮ ਕੋਰਟ ਦੇ 2013 ਦੇ ਫੈਸਲੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਤਾਂ ਕਿ ਲੋਕੀ ਵੱਧ ਤੋਂ ਵੱਧ ਆਪਣਾ ਵੋਟਿੰਗ ਐਕਸਪ੍ਰੈਸ਼ਨ ਦੇ ਸਕਣ। ਬਿਲਕੁਲ, ਤੁਹਾਨੂੰ ਇਹਦੇ ਬਾਰੇ ਮੁਕੰਮਲ ਜਾਣਕਾਰੀ ਹੈ। ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਅੱਜ ਦਾ ਯੁਵਾ ਵੋਟਰ ਜਿਹੜਾ ਹੈਗਾ ਉਹ ਇਹ ਵੀ ਜਾਣਦਾ ਹੈ ਕਿ ਨੋਟਾ ਜਿਹੜੀ ਹੈਗੀ ਇਹ ਕਦੋਂ ਸ਼ੁਰੂ ਹੋਈ ਸੀ। ਹੁਣ ਗੱਲ ਕਰਦੇ ਹਾਂ ਇਸ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਆਫਿਸਰ, ਜਿਹੜੇ ਕਿ ਲੰਬੇ ਸਮੇਂ ਤੋਂ ਇਹ ਸਵੀਪ ਦੀਆਂ ਗਤੀਵਿਧੀਆਂ ਕਰਵਾ ਰਹੇ ਨੇ। ਤੁਹਾਡਾ ਨਾਮ ਕੀ ਹੈ? ਪਵਨਪ੍ਰੀਤ ਸਿੰਘ, ਅਸਿਸਟੈਂਟ ਪ੍ਰੋਫੈਸਰ ਪੋਲੀਟੀਕਲ ਸਾਇੰਸ। ਤੁਸੀਂ ਲੰਬੇ ਸਮੇਂ ਤੋਂ ਕਲੱਬ ਦੇ ਨਾਲ ਜੁੜੇ ਹੋਏ ਹੋ, ਬੱਚਿਆਂ ਨਾਲ ਜੁੜੇ ਹੋਏ ਹੋ, ਤੁਸੀਂ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਹੋਰ ਕੀ ਕੁਝ ਗਤੀਵਿਧੀਆਂ ਜਿਹੜੀਆਂ ਹੈਗੀਆਂ ਕਰਦੇ ਹੋ ਸਵੀਪ ਪ੍ਰੋਗਰਾਮ ਦੇ ਤਹਿਤ? ਥੈਂਕ ਯੂ ਸਰ। ਪਹਿਲਾਂ ਤਾਂ ਅਸੀਂ ਜਿਸ ਤਰ੍ਹਾਂ ਲਾਸਟ ਟਾਈਮ ਜਿਹੜੀ ਐਕਟੀਵਿਟੀ ਕੀਤੀ ਹੈ ਨੈਸ਼ਨਲ ਵੋਟਰ ਦੇ 25th ਆਫ ਜਨਵਰੀ ਨੂੰ ਸੈਲੀਬ੍ਰੇਟ ਕੀਤਾ ਗਿਆ, ਜਿਹਦੇ ਵਿੱਚ ਲੈਕਚਰ ਵਗੈਰਾ, ਸਟੂਡੈਂਟਸ ਦੀ ਡਿਬੇਟਸ ਵਗੈਰਾ ਕਰਵਾਈ ਗਈ ਰਿਗਾਰਡਿੰਗ ਵੋਟਿੰਗ ਰਾਈਟਸ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕਾਲਜ ਦੇ ਵਿੱਚ ਕੋਈ ਹੋਰ ਵੀ ਪ੍ਰੋਗਰਾਮ, ਜਿਸ ਤਰ੍ਹਾਂ ਲੋਹੜੀ ਸੈਲੀਬ੍ਰੇਟ ਕੀਤੀ ਗਈ ਸੀ ਲਾਸਟ ਟਾਈਮ, ਉੱਥੇ ਬੱਚਿਆਂ ਤੋਂ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਏ ਗਏ ਉਹਨਾਂ ਦੇ ਵੋਟਿੰਗ ਰਾਈਟਸ ਬਾਰੇ। ਬਾਕੀ ਸਮੇਂ ਸਮੇਂ 'ਤੇ ਜਦੋਂ ਵੀ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਵੀ ਕਾਲਜ 'ਚ ਪ੍ਰੋਗਰਾਮ ਹੁੰਦਾ ਹੈ, ਇਸ ਚੀਜ਼ ਨੂੰ ਖਾਸ ਧਿਆਨ ਰੱਖਦੇ ਹੋਏ ਅਸੀਂ ਕੋਈ ਨਾ ਕੋਈ ਐਕਟੀਵਿਟੀ ਐਡ ਕਰਦੇ ਰਹਿੰਦੇ ਹਾਂ। ਸੋ ਅੱਜ ਅਸੀਂ ਇਸ ਕਾਲਜ ਦੇ ਵਿੱਚ ਆਏ ਅਤੇ ਬੜਾ ਅੱਛਾ ਇਵੈਂਟ ਰਿਹਾ, ਲਗਭਗ 100 ਬੱਚਾ ਜਿਹੜਾ ਸੀਗਾ ਉਸਨੇ ਇਸ ਇਵੈਂਟ ਦੇ ਵਿੱਚ ਪਾਰਟੀਸਪੇਟ ਕੀਤਾ ਹੈਗਾ ਅਤੇ ਇੰਨੇ ਹੀ ਬੱਚੇ ਨੇ ਮੌਕ ਪੋਲ ਦੇ ਰਾਹੀਂ ਆਪਣੇ ਵਿਸ਼ਵਾਸ ਦਾ ਜਿਹੜਾ ਪ੍ਰਗਟਾਵਾ ਕੀਤਾ।